ਸਤਿ ਸ਼੍ਰੀ ਅਕਾਲ ਜੀ ਮੈਂ ਰਮਨ ਓਮ ਗਲੋਬਲ ਤੋਂ ਅੱਜ ਆਪਾਂ ਗੱਲ ਕਰਾਂਗੇ ਉਸ ਕੰਟਰੀ ਦੀ ਜੋ ਪਿਛਲੇ 2 ਸਾਲ ਤੋਂ ਲਗਾਤਾਰ ਸੁਰਖੀਆਂ 'ਚ ਹੈ ਯਾਨੀ ਕਿ ਯੂਕੇ ਦਾ ਵੀਜ਼ਾ ਜੋ ਕਿ ਪਿਛਲੇ 2 ਸਾਲਾਂ 'ਚ ਬਹੁਤ ਹੀ ਸਟੂਡੈਂਟ ਨੇ ਲਿਆ ਅਤੇ ਬਹੁਤ ਹੀ ਏਜੰਟਾਂ ਨੇ ਸਕਸੈਸਫੁੱਲ ਵੀਜ਼ੇ ਲੈ ਕੇ ਦਿੱਤੇ ਸਟੂਡੈਂਟ ਨੂੰ ਬਟ ਕੁਛ ਏਜੰਟਾਂ ਨੇ ਉਸ 'ਚ ਫਰੋਡਲੈਂਡ ਡਾਕੂਮੈਂਟ ਲਾ ਕੇ ਵੀਜ਼ੇ ਲਏ ਪਲੱਸ ਜਾਲੀ ਫੰਡਾਂ ਨਾਲ ਵੀਜ਼ੇ ਲਏ ਵਿਦਾਊਟ ਆਇਲਸ ਵੀਜ਼ੇ ਲਏ ਸੋ ਇਸ ਟਾਈਮ ਯੂਕੇ ਦਾ ਜੋ ਟ੍ਰੈਂਡ ਹੈ ਜੋ ਵਿਦਾਊਟ ਆਇਲਸ ਹੈ ਜਾਂ ਜਾਲੀ ਫੰਡਾਂ ਵਾਲਾ ਵਿਦਾਊਟ ਇੰਟਰਵਿਊ ਵਾਲਾ ਉਹ ਖਤਮ ਹੋ ਚੁੱਕਿਆ ਹੈ ਸੋ ਜੋ ਵੀ ਬੱਚੇ ਯੂਕੇ ਜਾਣਾ ਚਾਹੁੰਦੇ ਨੇ ਯਾਨੀ ਕਿ ਜਿਨ੍ਹਾਂ ਦੀ ਇਹ ਚੁਆਇਸ ਹੈ ਵੀ ਹੁਣ ਆਪਾਂ ਯੂਕੇ ਦੇਖ ਲਈਏ ਵਿਦਾਊਟ ਆਇਲਸ ਜਾਂ ਫਿਰ ਵਿਦਾਊਟ ਇੰਟਰਵਿਊ ਉਹਨਾਂ ਦੇ ਮਨ 'ਚ ਇਹ ਭੁਲੇਖਾ ਹੈ ਵੀ ਉਹ ਹਜੇ ਵੀ ਜਾ ਸਕਦੇ ਨੇ ਉਹਨਾਂ ਲਈ ਯੂਕੇ ਬੰਦ ਹੋ ਚੁੱਕਿਆ ਹੈ ਬਟ ਹਾਂ ਅਗਰ ਤੁਸੀਂ ਆਇਲਸ ਕੀਤੀ ਹੈ ਓਵਰਆਲ 6 ਬੈਂਡ ਨੇ ਆਇਲਸ ਵਿੱਚੋਂ 1 ਜਾਂ 2 ਮੋਡਿਊਲ 'ਚੋਂ 5.5 ਈਚ ਬੈਂਡ ਨੇ ਪਲੱਸ 2 2020 ਪਾਸ ਆਊਟ ਹੋ ਜਾਂ 21 ਜਾਂ 22 ਪਾਸ ਆਊਟ ਹੋ ਤਾਂ ਤੁਸੀਂ ਅਜੇ ਵੀ ਯੂਕੇ ਜਾ ਸਕਦੇ ਹੋ ਬਟ ਅਗਰ ਤੁਸੀਂ 20 ਪਾਸ ਆਊਟ ਹੋ ਪਲੱਸ 2 ਤਾਂ ਤੁਹਾਡੇ ਲਈ ਇਹ ਆਖਰੀ ਮੌਕਾ ਹੈ ਕਿਉਂਕਿ ਯੂਕੇ ਆਉਣ ਵਾਲਾ ਟਾਈਮ ਬਹੁਤ ਟਾਈਟ ਹੋ ਰਿਹਾ ਹੈ ਯੂਕੇ ਸਟੂਡੈਂਟ ਵੀਜ਼ਾ ਲਈ ਜੋ ਪਹਿਲਾਂ ਵਾਲੀਆਂ ਗੱਲਾਂ ਯੂਕੇ ਵਿੱਚ ਹੋ ਰਹੀਆਂ ਸੀ ਵੀ ਵਿਦਾਊਟ ਆਇਲਸ ਚਲੇ ਜਾਓ ਜਾਂ ਵਿਦਾਊਟ ਇੰਟਰਵਿਊ ਚਲੇ ਜਾਓ ਉਹ ਇਸ ਟਾਈਮ ਖਤਮ ਹੈ ਸੋ ਬਿਨਾਂ ਆਇਲਸ ਕੋਈ ਵੀ ਬੱਚਾ ਯੂਕੇ ਦਾ ਅਪਲਾਈ ਨਾ ਕਰਿਓ ਕਿਸੇ ਵੀ ਏਜੰਟ ਕੋਲ ਸੋ ਪਲੱਸ 2 2020-21 ਜਾਂ 22 ਪਾਸ ਆਊਟ ਹੋ ਤੁਸੀਂ ਆਸਟ੍ਰੇਲੀਆ ਜਾਂ ਕੈਨੇਡਾ ਤੋਂ ਮਲਟੀਪਾਈਨ ਟਾਈਮ ਰਿਫਿਊਜ਼ਲ ਲੈ ਚੁੱਕੇ ਹੋ ਅਜੇ ਵੀ ਇਹ ਸੋਚ ਰਹੇ ਹੋ ਵੀ ਅਸੀਂ ਇੱਕ ਵਾਰ ਉਸ ਕੰਟਰੀਆਂ ਦੀ ਫਿਰ ਟਰਾਈ ਕਰ ਲਾਂਗੇ ਤਾਂ ਉਹ ਤੁਸੀਂ ਪੈਸੇ ਖਰਾਬ ਕਰੋਗੇ ਤਾਂ ਆਪਣਾ ਰਾਈਟ ਕੰਟਰੀ ਚੂਜ਼ ਕਰੋ ਯੂਕੇ ਅਪਲਾਈ ਕਰੋ ਦੇਰ ਨਾ ਕਰੋ ਓਮ ਗਲੋਬਲ ਦੇ ਕਿਸੇ ਵੀ ਆਫਿਸ 'ਚ ਪਹੁੰਚ ਕੇ ਯੂਕੇ ਲਈ ਅਪਲਾਈ ਕਰੋ ਜਨਵਰੀ ਇਨਟੇਕ ਵਿੱਚ ਬਹੁਤ ਹੀ ਲਿਮਿਟਡ ਸੀਟਾਂ ਨੇ ਧੰਨਵਾਦ